ਆਜੀ ਵੀ ਆਜੀ ਭਾਬੀ ਰਣਜੀਤ ਕੌਰ ਚੁੰਮਿਆਂ ਵਾਲੀ ਨਵੀਂ ਰੈਸਪੀ ਲੈ ਕੇ ਰਸੋਈ ਘਰ ਦੇ ਵਿੱਚ। ਅੱਜ ਤੁਹਾਨੂੰ ਬਣਾਉਣਾ ਸਿਖਾਉਗੀ ਚੌਲਾਂ ਦੇ ਪਰੌਂਠੇ ਕਿੱਦਾਂ ਬਣਦੇ ਆ, ਠੀਕ ਹੈ ਨਾ। ਆਹ ਦੇਖੋ ਆਪਾਂ ਰਾਤੀ ਚੌਲ ਬਣਾਏ ਸੀਗੇ, ਚੌਲ ਬਣੇ ਹੋਏ ਆਪਣੇ। ਇੱਕ ਬਾਟੀ ਚੌਲਾਂ ਦੀ ਲੈਣੀ ਆ ਤੁਸੀਂ, ਲਓ ਜੀ, ਠੀਕ ਹੈ ਨਾ। ਹਰੀਆਂ ਮਿਰਚਾਂ, ਪਿਆਜ਼ ਆਹ ਚੱਕ ਲਓ, ਠੀਕ ਹੈ ਨਾ। ਫਿਰ ਜ਼ਿਆਦਾ ਪਾ ਲੈਣ, ਹਾਂਜੀ। ਅਤੇ ਆਹ ਲਓ ਜੀ, ਲਾਲ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਪਾਉਣੀਆਂ, ਠੀਕ ਹੈ ਨਾ। ਅਤੇ ਆਹ ਥੋੜ੍ਹਾ ਜਿਹਾ ਪਾਉਣਾ ਆਪਾਂ ਨਮਕ, ਠੀਕ ਹੈ ਨਾ। ਰਾਤੀ ਚੌਲਾਂ ਦੇ ਵਿੱਚ ਵੀ ਨਮਕ ਸੀਗਾ। ਲਓ ਜੀ, ਫਿਰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ। ਲਓ ਜੀ, ਡੈਡੀ ਇੱਕ ਗੱਲ ਪੁੱਛਾਂ? ਡੈਡੀ ਪਰੌਂਠਿਆਂ ਵਿੱਚ ਮਹਿੰਗੀ ਮਸਾਲਾ ਨਹੀਂ ਪੈਂਦਾ ਹੁੰਦਾ? ਹਾਂ ਪੈਂਦਾ ਹੈਗਾ, ਪਰ ਇਹਨੇ ਪਾਉਣਾ ਨਹੀਂ ਹੈਗਾ। ਅੱਛਾ, ਹਾਂ ਪੈਂਦਾ ਹੁੰਦਾ ਹੈ? ਪੈਂਦਾ ਕਿਉਂ ਨਹੀਂ ਹੈਗਾ, ਮਹਿੰਗੀ ਮਸਾਲੇ ਵਾਲੇ ਪਰੌਂਠੇ। ਜਿਹੜੀ ਮਰਜ਼ੀ ਸਬਜ਼ੀ ਚ ਪਾ ਲਓ ਮਹਿੰਗੀ ਮਸਾਲਾ। ਜਬ ਹਮ ਜਵਾਂ ਹੋਗੇ ਜਾਣੇ ਕਹਾਂ ਹੋਗੇ। ਅਸੀਂ ਕਿੱਥੇ ਹੋਣਾ ਵਾ ਕਿ ਨਹੀਂ, ਲੁਧਿਆਣੇ 'ਚ ਹੀ ਹੋਣਾ, ਚਾਹੇ ਜਵਾਨ ਹੋ ਜਾਈਏ ਚਾਹੇ ਬੁੜੇ ਹੋ ਜਾਈਏ, ਕਿ ਨਹੀਂ ਸਾਡਾ ਤਾਂ ਸ਼ਹਿਰ ਲੁਧਿਆਣਾ, ਕਿ ਨਹੀਂ। ਉਹ ਬੱਲੇ ਬੱਲੇ ਹੋ ਗਈ ਮੁੰਡਾ ਕੁੜੀ ਨੂੰ ਭਾਲਦਾ, ਲਾਲਾ ਲਾਲਾ ਹੋ ਗਈ ਮੁੰਡਾ ਕੁੜੀ ਨੂੰ ਭਾਲਦਾ। ਮੇਰੇ ਕੀ ਹੋਇਆ ਜੇ ਤੂੰ ਬਾਗੇ ਪੁਰਾਣੇ ਦੀ ਨਹੀਂ, ਮੈਂ ਵੀ ਮੁੰਡਾ ਲੁਧਿਆਣੇ ਦਾ। ਬਾਗੇ ਪੁਰਾਣੇ ਦੀ ਨਹੀਂ, ਮੈਂ ਵੀ ਮੁੰਡਾ ਲੁਧਿਆਣੇ ਦਾ। ਚਲੋ ਚਲੋ ਮਿਕਸ ਕਰੋ। ਲਓ ਜੀ, ਆਪਾਂ ਚੌਲ ਮਿਕਸ ਕਰ ਲਿਆ, ਠੀਕ ਹੈ ਨਾ। ਲਓ ਜੀ, ਹੁਣ ਆਪਾਂ ਤੋੜ ਲਿਆ ਆਟਾ। ਦੇਖੋ ਇੱਧਰ ਕਹਿਣਾ, ਕਿੱਡਾ ਵੱਡਾ ਪੇੜਾ ਲੈਣਾ ਵਾ, ਤੁਸੀਂ ਆਪਣੇ ਹਿਸਾਬ ਨਾਲ ਪੇੜਾ ਲੈ ਸਕਦੇ ਹੋ, ਠੀਕ ਹੈ ਨਾ। ਚੌਲ ਵੀ ਵਿੱਚ ਪਾਉਣੇ ਆ। ਲਓ ਜੀ, ਤੁਹਾਡੀ ਗੋਲ ਮਟੋਲ ਭਾਬੀ ਗੋਲ ਗੋਲ ਪਰੌਂਠੇ ਬਣਾਉਣ ਲੱਗੀ ਆ। ਜੇ ਤੁਸੀਂ ਖਾਣੇ ਆ ਤਾਂ ਸਾਹਿਬ ਲੁਧਿਆਣੇ ਆ ਜਾਓ, ਬੱਸਾਂ ਦੀਆਂ ਟਿਕਟਾਂ ਲੈ ਲਓ, ਕੁਛ ਬੱਸਾਂ ਦੇ ਸਿਰ 'ਤੇ ਚੜ੍ਹ ਕੇ ਆ ਜਾਓ, ਕੋਈ ਵਿੱਚ ਬੈਠ ਕੇ ਆ ਜਾਓ, ਕਿ ਨਹੀਂ ਆ ਜਾਓ ਜੇ ਤੁਸੀਂ ਪਰੌਂਠੇ ਖਾਣੇ ਆ। ਔਰ ਭਾਬੀ ਨੇ ਬੂੰਦੀ ਵੀ ਬਣਾਉਣੀ ਆ, ਕਿ ਨਹੀਂ, ਦਹੀਂ ਲਿਆਂਦੀ ਹੋਈ ਆ ਕੱਲ੍ਹ ਦੀ। ਅਤੇ ਮੈਨੂੰ ਆਉਂਦੀ ਕਹਿੰਦੀ, ਤੂੰ ਤਾਂ ਵਿਹਲਾ ਰਹਿੰਦਾ ਵਾ ਸਾਰੀ ਦਿਹਾੜੀ, ਕਦੇ ਪਰੌਂਠੇ ਖਾ ਲਏ, ਕਦੇ ਚਾਹ ਪੀ ਲਈ, ਕਦੇ ਕੁਛ ਖਾ ਲਿਆ। ਦੇਖੋ ਜੀ, ਮੈਂ ਕੀ ਕਰਾਂ, ਠੀਕ ਹੈ ਨਾ, ਕਿੱਥੇ ਨੂੰ ਜਾਵਾਂ। ਇੰਨਾ ਕੰਮ ਕਰਦਾ ਹੋਇਆ ਵੀ ਮੈਨੂੰ ਕਹਿੰਦੀ ਤੂੰ ਕੰਮ ਨਹੀਂ ਕਰਦਾ ਹੈਗਾ, ਕਿ ਨਹੀਂ। ਆ ਦੇਖੋ ਸਾਹਮਣੇ ਕਿਵੇਂ ਪਰੌਂਠਾ ਬਣਾਉਂਦੀ ਆ ਇਹ, ਨਹੀਂ ਪਰ ਭਾਬੀ ਆਪ ਹੀ ਪਰੌਂਠੇ ਵਰਗੀ ਆ, ਕਿ ਨਹੀਂ। ਹਾਏ ਮੇਰਾ ਪਰੌਂਠਾ, ਹਾਏ ਮੇਰਾ ਪਰੌਂਠਾ, ਲੈ ਜੂ ਪਰੌਂਠੇ ਹੋਏ, ਹਾਏ ਮੇਰਾ ਤੋਤਾ, ਹਾਏ ਮੇਰਾ ਤੋਤਾ, ਬਾਰੀ ਵਾਰਸੀ ਕਹਿੰਦੇ ਖੜ ਕੇ ਲਿਆਂਦਾ ਸਮੋਸਾ, ਹਾਏ ਮੇਰਾ ਤੋਤਾ, ਹਾਏ ਮੇਰਾ ਤੋਤਾ, ਆਈ ਲਵ ਯੂ ਤੋਤੇ ਓਏ, ਆ ਚੱਕ ਅੱਖ ਦੇ ਆ ਚੱਕ ਚੁੰਮਾ, ਪਤਾ ਨਹੀਂ ਵੀਰਵਾਰ ਆ ਕੇ ਚੁੰਮਾ ਆ ਕੇ ਲੈ ਲਾ ਰਣਜੀਤ ਕੌਰ ਦਾ ਚੁੰਮਾ, ਆ ਚੱਕ ਪੱਟ ਦੇ ਆ ਚੱਕ ਡੌਲਾ, ਕਿ ਨਹੀਂ ਭਾਬੀ ਦਾ ਇਸ਼ਟਾ ਦਾ ਹੀ ਡੌਲਾ। ਲਓ ਜੀ, ਵੇਖੋ ਕਿਵੇਂ ਬਣਾਉਂਦੀ ਤੁਹਾਡੀ ਭਾਬੀ ਪਰੌਂਠੇ, ਤੇ ਜਿੱਦਾਂ ਭਾਬੀ ਪਰੌਂਠੇ ਬਣਾਉਂਦੀ ਇੱਦਾਂ ਹੀ ਬਣਾਉਣੇ ਆ, ਕਿ ਨਹੀਂ। ਹਾਂਜੀ, ਹਾਂ ਆਪਣਾ ਬਚਾਓ ਬਹੁਤ ਜ਼ਿਆਦਾ ਜ਼ਰੂਰੀ ਆ, ਕਿ ਨਹੀਂ। ਪੰਜਾਬੀ ਮੂਵੀ 27 ਜੂਨ ਨੂੰ ਲੈ ਕੇ ਆ ਰਿਹਾ ਡਾਇਰੈਕਟਰ ਜਗਦੀਪ ਸਿੱਧੂ ਜੱਟ ਜੂਲੀਅਟ 3, ਜਿਸਦੇ ਐਕਟਰ ਨੇ ਦਲਜੀਤ ਪਾਜੀ ਅਤੇ ਨੀਰੂ ਬਾਜਵਾ, ਅਤੇ ਕੁਝ ਪੁਰਾਣੇ ਐਕਟਰ ਨੇ, ਕੁਝ ਨਵੇਂ ਨੇ, ਔਰ ਬੱਲੇ ਬੱਲੇ ਕਰਾ ਦੇਣੀਆਂ, ਔਰ ਤੁਸੀਂ ਜਾਣਾ ਵਾ ਔਰ ਸਿਨੇਮੇ ਹਾਲ ਦੇ ਵਿੱਚ ਜਾ ਕੇ ਫਿਲਮ ਦੇਖਣੀ ਹੈ, ਠੀਕ ਹੈ ਨਾ। ਔਰ ਇਹ ਨਹੀਂ ਹੈਗਾ ਵੀ ਖੱਪ ਨਹੀਂ ਪਾਉਣੀ ਹੈਗੀ, ਪਿਆਰ ਨਾਲ ਦੇਖਣੀ ਆ, ਕਿਉਂਕਿ ਉਹਦੇ ਵਿੱਚ ਬਹੁਤ ਕੁਛ ਮਿਲਣਾ ਤੁਹਾਨੂੰ ਦੇਖਣ ਲਈ, ਔਰ ਇੰਨਾ ਹੱਸ ਹੱਸ ਕੇ ਤੁਹਾਡੀਆਂ ਬੱਕੀਆਂ ਪੋਲੀਆਂ ਹੋ ਜਾਣੀਆਂ, ਢਿੱਡ ਹੀ ਪੀੜਾਂ ਪਾਉਣ ਲਈ ਆ ਰਿਹਾ ਦਲਜੀਤ ਭਾਜੀ, ਕਿ ਨਹੀਂ। ਹਾਂਜੀ, 27 ਜੂਨ ਨੂੰ ਹੋਰ ਨਾ ਸਿਨੇਮੇ ਹਾਲ ਜਾ ਕੇ ਕੁਰਸੀਆਂ ਤੇ ਚੜ੍ਹ ਕੇ ਨੱਚਣ ਲੱਗ ਜਾਓ, ਠੀਕ ਹੈ ਨਾ।
ਪਹਿਲਾਂ ਦੇਖਦੇ ਕਿ ਹੱਸੀ ਚੱਲੋ, ਕੁਰਸੀਆਂ ਤੇ ਚੜ ਜਾਓ, ਟੱਪੀ ਚੱਲੋ, ਨਾਲੇ ਨੱਚੇ ਨਾਲੇ ਸਭ ਇਹਨੂੰ ਨੇ ਜਾਵੇ ਭਾਬੀ ਏ ਡੋਰੇ ਮਾਨ ਵਰਗੀ, ਭਾਬੀ ਏ ਡੋਰੇ ਮਾਨ ਵਰਗੀ, ਨੱਚ ਨੱਚ ਤਾਰੇ ਦੀ ਹਲਾਉਣੀ ਵੀ ਜ਼ਰੂਰ ਏ, ਰੋੜੀ ਕੁੱਟ ਡਾਂਸ ਭਾਬੀ ਦਾ ਮਸੂਰ ਏ, ਰੋੜੀ ਕੁੱਟ ਡਾਂਸ ਭਾਬੀ ਦਾ ਮਸੂਰ ਏ। ਅੱਜ ਕੱਲ੍ਹ ਇੰਸਟਾ 'ਤੇ ਔਰ ਭਾਬੀ ਨਵਾਂ ਡਾਂਸ ਲੈ ਕੇ ਆਈ ਆ, ਉੱਥੇ ਵੀ ਵੱਧ ਤੋਂ ਵੱਧ ਰੀਲਾਂ ਬਣਾਵੋ, ਠੀਕ ਆ ਨਾ, ਔਰ ਭਾਬੀ ਦਾ ਡਾਂਸ ਦੇਖਣ ਵਾਲਾ ਵੀ ਆ ਕਿ ਨਹੀਂ? ਹਾਂਜੀ, ਦੇਖੋ ਪਰੌਂਠਾ ਕਿੰਨਾ ਸੋਹਣਾ ਬਣਿਆ ਡੈਡੀ। ਅੱਛਾ, ਹਾਂਜੀ, ਮੰਮੀ ਘੱਟ ਸੋਹਣੀ ਹੈ ਤੇਰੀ? ਮੰਮੀ ਵਰਗਾ ਹੀ ਆ ਗੋਲ ਮਟੋਲ। ਅੱਛਾ ਜੀ, ਹਾਂਜੀ, ਲਓ ਜੀ, ਭਾਬੀ ਤੁਹਾਡੀ ਕੁਛ ਤਾਂ ਕੁਛ ਸਾਨੂੰ ਬਣਾ ਕੇ ਖਵਾਉਂਦੀ ਰਹਿੰਦੀ ਆ, ਠੀਕ ਆ ਨਾ, ਤੇ ਚਲੋ ਖਵਾਉਣਾ ਵੀ ਚਾਹੀਦਾ ਵਾ ਕਿ ਨਹੀਂ? ਲਓ ਜੀ, ਪਰੌਂਠਾ ਬਣ ਕੇ ਤਿਆਰ ਹੋ ਗਿਆ ਵਾ, ਦੇਖੋ ਤੁਹਾਡੀ ਭਾਬੀ ਰਣਜੀਤ ਕੌਰ ਵਰਗਾ ਪਰੌਂਠਾ ਗੋਲ ਮਟੋਲ, ਠੀਕ ਹੈ ਨਾ, ਤੇ ਘਰੇ ਬਣਾਓ ਤੇ ਖਾਓ, ਠੀਕ ਹੈ ਨਾ। ਹਾਂ, ਨਾਲ ਭਾਬੀ ਨੂੰ ਵੀ ਆ ਕੇ ਖਵਾਓ ਕਿ ਨਹੀਂ? ਭਾਬੀ ਤਾਂ ਭੁੱਖੜੀ ਰਹਿੰਦੀ ਹੈ, ਨਾਲੇ ਇਹਦਾ ਪਿਓ ਵੀ ਭੁੱਖੜੀ ਰਹਿੰਦਾ, ਉਹ ਵੀ ਬਾਗੇ ਪੁਰਾਣੇ ਤੋਂ ਸਾਈਕਲ ਚੱਕ ਕੇ ਨਾ ਟੱਲੀਆਂ ਮਾਰਦਾ ਆ ਰਿਹਾ ਵਾ ਕਿ ਨਹੀਂ? ਲਓ ਜੀ, ਆ ਰਿਹਾ ਅੱਜ ਬਲਵਿੰਦਰ ਸਿੰਘ ਗਿੱਲ, ਕਿਉਂ ਵੀ ਜਿਹਨੇ ਖਾਣੀਆਂ ਨੇ ਮੱਕੀ ਦੀਆਂ ਠੇਲਾ, ਆ ਰਿਹਾ ਬਲਵਿੰਦਰ ਸਿੰਘ ਗਿੱਲ, ਅਤੇ ਬਹੁਤ ਵਧੀਆ ਬੰਦਾ ਵਾ, ਠੀਕ ਆ ਨਾ, ਬੰਦਾ ਨਹੀਂ ਹੈਗਾ ਯਾਰ, ਮੇਰਾ ਸਹੁਰਾ ਵਾ। ਹਾਂਜੀ, ਹੋਰ ਯਾਰ, ਫਿਰ ਵੀ ਤਾਂ ਬੰਦਾ ਹੀ ਆ, ਚਾਹੇ ਮੇਰਾ ਸਹੁਰਾ ਵਾ ਕਿ ਨਹੀਂ? ਤੇ ਅੱਜ ਆਉਂਦਾ ਕਹਿੰਦਾ ਦੀਪਾਂ, ਕਹਿੰਦਾ ਸਰੋਂ ਦਾ ਸਾਗ ਬਣਾ ਲਾ, ਵੀ ਦੱਸ ਆਹ ਮੌਸਮ 'ਚ ਅਸੀਂ ਸਰੋਂ ਦਾ ਸਾਗ ਕਿੱਥੋਂ ਬਣਾ ਲਈਏ ਕਿ ਨਹੀਂ? ਕਹਿੰਦਾ ਮੇਰਾ ਖਾਣ ਨੂੰ ਦਿਲ ਕਰਦਾ। ਮੈਂ ਕਿਹਾ ਬਾਬਾ ਇੱਥੇ ਕਿਤੇ ਢਾਬੇ ਢੂਬੇ ਦੇ ਖਾ ਲਾ, ਕਿਉਂ ਵੀ ਹੈਂ, ਬਾਗੇ ਪੁਰਾਣੇ ਦੇ ਆਸ ਪਾਸ ਹੋਣਾ ਹੀ ਹੈ ਕੋਈ ਢਾਬਾ। ਹਾਂਜੀ, ਆ ਗਈ ਰੋਡ ਵਿੱਚ ਦੀ ਲਾਰੀ, ਨਾ ਕੋਈ ਸੀਸਾ ਨਾ ਕੋਈ ਵਾਰੀ, ਅੱਜ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀਆਂ, ਲੰਬੇ ਸਫ਼ਰ ਨੂੰ ਜਾਣਾ ਏ, ਦੀਪਾ ਕਿਸੇ ਲੋਕਲ ਵਹਿਣੀ ਆ। ਲੈ ਵੀ ਦੀਪਾ ਤੁਹਾਡੀ ਬਹੁਤ ਚੰਗੀ ਆ, ਠੀਕ ਹੈ ਨਾ, ਬਾਰੀ ਵਾਰਸੀ ਖੰਗਾ ਹੀ ਖੜ ਕੇ ਲਿਆਂਦਾ ਘਿਓ ਦਾ ਪੀਪਾ, ਹਾਏ ਮੇਰੀ ਦੀਪਾ, ਹਾਏ ਮੇਰੀ ਦੀਪਾ, ਆਈ ਲਵ ਯੂ ਦੀਪਾ, ਬਾਗੇ ਪੁਰਾਣੇ ਵਾਲੀਏ। ਆ ਚੱਕ ਚੁੰਮਾ, ਪਤਾ ਨਹੀਂ ਵੀਰਵਾਰ ਹੈ ਕਿ ਚੁੰਮਾ, ਅੱਜ ਹੈ ਤਾਂ ਚੁੰਮਾ ਲੈ ਲਓ, ਭਾਬੀ ਰਣਜੀਤ ਕੌਰ ਦਾ ਚੁੰਮਾ, ਥੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ। ਮੱਕੀ ਦੀ ਰੋਟੀ ਉੱਤੇ ਸਰੋਂ ਦਾ ਸਾਗ ਮਾਇਆ, ਆ ਜਲਦੀ ਆ ਤੂੰ ਖਾ ਲੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਮਾਇਆ। ਕਿਉਂ ਵੀ ਇਹਦੇ ਪਾਪੇ ਨੂੰ ਕਹਿ ਰਿਹਾ ਵਾਂ ਵੀ ਜਲਦੀ ਆ ਜਾ ਭਰਾਵਾ, ਕਿਉਂ ਵੀ ਆ ਕੇ ਖਾ ਲਾ, ਠੀਕ ਹੈ ਨਾ, ਮੈਂ ਕਹਿ ਰਿਹਾ ਵਾਂ। ਹਾਂ, ਉਹਦੀ ਕੁੜੀ ਕਹਿੰਦੀ ਨਾ ਨਾ ਨਾ, ਪਾਪੇ ਨੂੰ ਕਹਿ ਇੱਥੇ ਬਾਗੇ ਪੁਰਾਣੀ ਰਹਿ, ਰੋਜ਼ ਹੀ ਤੁਰੇ ਆਉਂਦਾ ਵਾ ਕਿ ਨਹੀਂ? ਕੋਈ ਨਹੀਂ ਕੋਈ ਨਹੀਂ, ਪਾਪਾ ਤੈਨੂੰ ਪੈਸੇ ਭੇਜਾਂਗੇ, ਠੀਕ ਹੈ ਨਾ, ਇੱਥੇ ਕਿ ਨਹੀਂ, ਇੱਥੇ ਖਾ ਲਈ ਮੱਕੀ ਦੀ ਰੋਟੀ ਸਰੋਂ ਦਾ ਸਾਗ, ਨਾਲੇ ਚੌਲਾਂ ਦੇ ਪਰੌਂਠੇ ਬਣਾ ਦੀ। ਪਰ ਭਾਪੇ ਕੋਲ ਆਪਦੇ ਕੋਲ ਇੰਨੇ ਪੈਸੇ ਨੇ, ਉਹ ਆਪਾਂ ਨੂੰ ਭੇਜੂਗਾ ਕਿ ਆਪਾਂ ਉਹਨੂੰ ਭੇਜਣੇ ਆ ਕਿ ਨਹੀਂ? ਬਾਬਾ ਕਹਿੰਦਾ ਮੈਂ ਬਿਰਿਆਨੀ ਖਾਣੀ ਆ, ਮੈਂ ਕੋਈ ਨਹੀਂ ਤੈਨੂੰ ਬਿਰਿਆਨੀ ਬਣਾ ਕੇ ਭੇਜਾਂਗੇ, ਕਿਉਂਕਿ ਖਾ ਲਈ ਬਿਰਿਆਨੀ ਹੈ ਨਾ। ਹਾਂਜੀ, ਤੇ ਸਿਬੂ ਦਾ ਨਾਨਾ ਬਹੁਤ ਚੰਗਾ ਇਨਸਾਨ ਆ ਕਿ ਨਹੀਂ? ਡੈਡੀ, ਨਾਨੇ ਨੂੰ ਤਾਂ ਮੈਂ ਫੋਨ ਕਰ ਦਿੱਤਾ, ਨਾਨਾ ਆਉਣ ਲੱਗਿਆ ਹੈਗਾ। ਨਾਨਾ ਆਉਣ ਲੱਗਿਆ ਵਾ? ਹਾਂ, ਚੋਲਾ ਦੇ ਪਰੌਂਠੇ ਖਾਣ ਵਾਸਤੇ। ਗਰਮ ਗਰਮ ਹੀ ਖਵਾ ਦਿਓ ਉਹਨੂੰ ਕਿ ਨਹੀਂ? ਨਾ, ਹਾਂ, ਠੰਡੇ ਹੋ ਜਾਣਗੇ। ਅੱਛਾ, ਗਰਮ ਗਰਮ ਪਰੌਂਠੇ, ਨਾ ਦਹੀਂ ਦਾ ਰੇਤਾ। ਹਾਏ ਹਾਏ, ਭਾਬੀ ਰਣਜੀਤ ਕੌਰ ਨੇ ਬਣਾਇਆ ਵਾ, ਆ ਜਾ ਜਲਦੀ ਖਾ ਲਓ। ਹਾਂਜੀ, ਤੇ ਪਰੌਂਠੇ ਵੀ ਨਾ ਤੁਸੀਂ ਜਾਏ ਮੱਖਣ ਨਾ ਜਾਂ ਦੇਸੀ ਘਿਓ ਲਾ ਲਾ ਕੇ ਖਾਣਾ। ਅੱਛਾ, ਹਾਂਜੀ, ਮੇਰੇ ਵਰਗੀ ਕੋਲੇ ਪੈਸਾ ਨਾ ਹੋਵੇ ਗਰੀਬ ਕੋਲੇ, ਫਿਰ ਕਿਵੇਂ ਖਾਊਗਾ? ਹਾਂਜੀ, ਫਿਰ ਪਾਣੀ 'ਚ ਭਿਓ ਭਿਓ ਕੇ ਖਾਊਂਗਾ ਮੈਂ। ਲਓ ਜੀ, ਪਰੌਂਠੇ ਬਣ ਕੇ ਆਪਣੇ ਤਿਆਰ ਹੋ ਗਏ ਆ, ਇੱਧਰ ਦੇਖ ਲਓ ਕਰਾਂ, ਠੀਕ ਹੈ ਨਾ, ਜਿਹਨੇ ਜਿਹਨੇ ਖਾਣੇ ਜਲਦੀ ਜਲਦੀ ਆ ਜਾਓ ਮੇਰੇ ਕੋਲੇ, ਠੀਕ ਹੈ ਨਾ,
ਲਓ ਜੀ ਆਪਣੇ ਪਰੌਂਠੇ ਬਣ ਕੇ ਤਿਆਰ ਹੋ ਗਏ, ਹੁਣ ਆਪਾਂ ਬਣਾਉਂਦੇ ਹਾਂ ਰਾਇਤਾ, ਠੀਕ ਹੈ ਨਾ, ਰਾਇਤੇ ਨਾਲ ਖਾਣੇ ਆ, ਠੀਕ ਹੈ ਨਾ, ਪਰੌਂਠੇ ਪਰ ਮੱਖਣ ਨਾਲ ਵੀ ਖਾ ਸਕਦੇ ਹਾਂ, ਉਹਦੇ ਚਾਰ ਨਾਲ ਵੀ ਖਾ ਸਕਦੇ ਹਾਂ, ਜਿਹਦੇ ਨਾਲ ਦਿਲ ਕਰਦਾ ਉਹਦੇ ਨਾਲ ਖਾ ਲਓ, ਠੀਕ ਹੈ ਨਾ, ਚੌਲਾਂ ਵਾਲੇ ਪਰੌਂਠੇ। ਹਾਂਜੀ ਲਓ ਜੀ ਸਾਰੇ ਖਾ ਲਿਓ, ਠੀਕ ਹੈ ਨਾ। ਲਓ ਜੀ ਆਪਾਂ ਬਣਾਉਣ ਲੱਗੇ ਹਾਂ ਰਾਇਤਾ, ਠੀਕ ਹੈ ਨਾ, ਆਹ ਦੇਖ ਲਓ ਦਹੀਂ, ਠੀਕ ਹੈ ਨਾ, ਜਿੰਨੀ ਕੁ ਤੁਹਾਨੂੰ ਚਾਹੀਦੀ ਉੰਨੀ ਕੁ ਦਹੀਂ ਲੈ ਆਇਓ, ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ। ਲਓ ਜੀ ਚੰਗੀ ਤਰ੍ਹਾਂ ਘੋਲ ਲਓ, ਜਿੱਦਾਂ ਬੇਸਣ ਘੋਲੀਦਾ ਵਾ, ਹੈਂ, ਸਮਝ ਗਏ ਨਾ। ਫਿਰ ਆਹ ਦੇਖੋ ਜਿਹੜੀ ਬੂੰਦੀ ਆਪਾਂ ਭਿਉਂ ਕੇ ਰੱਖੀ ਸੀ, ਠੀਕ ਹੈ ਨਾ, ਲਓ ਜੀ ਆਹ ਪਾਤੀ ਆਪਾਂ ਵਿੱਚ ਬੂੰਦੀ, ਅਤੇ ਹਰੀਆਂ ਮਿਰਚਾਂ ਅਤੇ ਪਿਆਜ਼ ਦੀ ਚਟਣੀ ਆ, ਠੀਕ ਹੈ ਨਾ, ਨਮਕ ਵਿੱਚ ਆਪਾਂ ਪਹਿਲਾਂ ਪਾਇਆ ਹੋਇਆ ਵਾ, ਅਤੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਚਟਣੀ, ਠੀਕ ਹੈ ਨਾ। ਲਓ ਜੀ ਚੰਗੀ ਤਰ੍ਹਾਂ ਮਿਕਸ ਕਰ ਕੇ ਇਹਨੂੰ, ਲਓ ਜੀ ਦੇਖੋ ਜੀ, ਵੱਖ ਵੱਖ ਦੋ ਪਿੰਜਰੇ ਇੱਕ ਵਿੱਚ ਤੋਤਾ, ਲਓ ਜਿੰਨਾ ਕੁ ਪਾਣੀ ਪਾਉਣਾ ਤੁਸੀਂ ਉਹਨਾਂ ਕੁ ਪਾ ਸਕਦੇ ਆ, ਠੀਕ ਹੈ ਨਾ, ਅਤੇ ਜੇ ਜ਼ਿਆਦਾ ਪਤਲਾ ਕਰਨਾ ਵਾ ਫਿਰ ਨਾਲ ਚੌਲ ਧਰ ਲਿਓ, ਠੀਕ ਹੈ ਨਾ, ਨਾਲ ਮੈਨੂੰ ਵੀ ਸਾਧ ਲਿਓ ਚੌਲਾਂ ਨਾਲ ਰਾਇਤਾ ਖਾ ਲਾਂਗੇ ਆਪਾਂ, ਇੱਕ ਬਾਲਟੀ ਸਟੀਲ ਦੀ ਪਾਣੀ ਪਾ ਲਿਓ ਪਾਈਆ ਨਹੀਂ ਦੇ ਵਿੱਚ ਕਨਾਈ। ਹਾਂਜੀ ਲਓ ਜੀ, ਜਿਹੜੇ ਸਾਨੂੰ ਗਲਤ ਕਮੈਂਟ ਲਿਖਦੇ ਨੇ ਨਾ, ਪਹਿਲਾਂ ਆਪਣੇ ਕੰਨੀ ਧਿਆਨ ਮਾਰਿਆ ਕਰੋ ਵੀ ਅਸੀਂ ਚੰਗੇ ਹਾਂ, ਠੀਕ ਹੈ ਨਾ, ਫਿਰ ਦੂਜੇ ਨੂੰ ਗਲਤ ਕਮੈਂਟ ਕਰਿਆ ਕਰੋ। ਗਲਤ ਕਮੈਂਟ ਉਹੀ ਕਰਦਾ ਵਾ ਜਿਨ੍ਹਾਂ ਦਾ ਨਾਮ ਨਹੀਂ ਹੁੰਦਾ ਹੈਗਾ, ਔਰ ਦੂਜੇ ਦੇ ਨਾਮ ਤੋਂ ਜਲਦੇ ਹੁੰਦੇ ਆ, ਠੀਕ ਹੈ ਨਾ। ਜਲੋ ਯਾਰ ਹੋਰ ਜਲੋ, ਅਸੀਂ ਤਾਂ ਜਲਾਉਣ ਲਈ ਬੈਠੇ ਹਾਂ, ਜਿੰਨੇ ਜਲਦੇ ਆ ਹੋਰ ਜਲੋ ਕਿ ਨਹੀਂ। ਹਾਂ ਇਹ ਗੱਲ ਹੋਰ ਆ ਕਿ ਵਿਹਲੇ ਹੁੰਦੇ ਆ ਤਾਂ ਕਰਕੇ ਸੜਦੇ ਆ। ਸੜਦੇ ਆ ਜੀ ਬਿਲਕੁਲ ਜੀ, ਇਹ ਤਾਂ ਆਪਣੇ ਤਾਂ ਫੇਮ ਲੈਂਦੇ ਆ, ਠੀਕ ਹੈ ਨਾ, ਆ ਦੇ ਮੰਜੇ ਥੱਲੇ ਸੋਟਾ ਨਹੀਂ ਮਾਰਦੇ। ਅੱਛਾ ਫੇਮ ਨਾ ਲਓ ਯਾਰ, ਜਿਹਨੇ ਫੇਮ ਲੈਣਾ ਲੈ ਲਓ, ਠੀਕ ਹੈ ਨਾ, ਆਹ ਥੋੜੇ ਚੌਲਾਂ ਦੇ ਪਰੌਂਠੇ ਖਾ ਲਓ ਆ ਕੇ, ਹਾਂ ਜਿੰਨਾ ਲੱਗਣਾ ਲੱਗੀ ਚੱਲੋ, ਮੈਂ ਤਾਂ ਹੋਰ ਇੱਦਾਂ ਦੀਆਂ ਵੀਡੀਓ ਪਾਉਂਗੀ, ਠੀਕ ਹੈ ਨਾ, ਇੱਦਾਂ ਹੀ ਪਾਉਂਗੀ ਵੀਡੀਓ, ਜਿੰਨਾ ਜਲਣਾ ਉਨਾ ਹੀ ਜਲਾਉਂਗੀ ਤੁਹਾਨੂੰ ਮੈਂ, ਠੀਕ ਹੈ ਨਾ, ਰਾਇਤਾ ਖਾ ਲਓ ਨਾ ਠੰਡੇ ਹੋ ਜਾਓ। ਅੱਛਾ ਬਰਾਵੋ, ਸਾਬਣ ਦੀ ਟਿੱਕੀ ਲਵੋ ਕਰਿਆਨੇ ਦੀ ਦੁਕਾਨ ਤੋਂ ਜਾ ਕੇ, ਕਹਿੰਦੇ ਮੈਂ ਟੂਬਲ 'ਤੇ ਜਾਓ ਜਾ ਕੇ ਨਹਾਵੋ ਕਿ ਨਹੀਂ, ਹੁਣ ਤਾਂ ਕਹਿਣਾ ਮੈਂ ਝੋਨਾ ਵੀ ਲੱਗਣਾ ਵਾ, ਨਾਲੇ ਜਾ ਕੇ ਝੋਨਾ ਲਾਵੋ ਕਿ ਨਹੀਂ। ਹਾਂਜੀ ਜਿਹੜੇ ਕੰਮ ਕਰਨ ਵਾਲੇ ਉਹ ਕਰੋ, ਪਰ ਇੱਕ ਦੂਜੇ ਤੋਂ ਜਲੋ ਨਾ। ਹਾਂਜੀ ਨਾਲ ਪਰੌਂਠੇ ਬਣਾ ਕੇ ਲੈ ਜਾ ਕਰੋ, ਠੀਕ ਹੈ ਨਾ, ਉਹ ਤਾਂ ਭੁੱਖ ਨਹੀਂ ਲੱਗਣੀ ਨਹਾਉਂਦਿਆਂ ਨੂੰ, ਠੀਕ ਹੈ ਨਾ, ਨਾਲ ਝੋਨਾ ਲਾਉਂਦਿਆਂ ਨੂੰ। ਚਲੋ ਵਧੀਆ ਗੱਲ ਆ। ਹਾਂਜੀ ਬੋਲੋ ਸ਼ਿਵ ਸ਼ਕਤੀ ਜੀ। ਅੱਜ ਮੇਰੀ ਮੰਮੀ ਨੇ ਬਣਾਏ ਚੋਲਾ ਵਾਲੇ ਪਰੌਂਠੇ ਨਾਲ ਬਣਾਇਆ ਰਾਇਤਾ, ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ, ਤੇ ਘਰੇ ਵੀ ਜ਼ਰੂਰ ਟਰਾਈ ਕਰਨਾ। ਹੰਸ ਪਰਿਵਾਰ ਵਾਲਾ ਸਾਰੀ ਲਵ ਯੂ, ਅੱਖਾਂ ਚੁੰਮਿਆਂ ਦਾ।